ਮੇਰੀ ਜਾਨ ਪੁੜਾ ਵਿੱਚ ਪਿਸ ਜਾਏ ਪਾਵੇਂ, ਇਹ ਮੇਰੀ ਜਾਨ ਪੁੜਾ ਵਿੱਚ ਪਿਸ ਜਾਏ ਪਾਵੇਂ, ਤੇ ਮੇਰੀਆਂ ਹੱਡੀਆਂ ਚੱਕ ਨਾ ਚੂਰ ਹੋਵਣ, ਇਹ ਮੇਰੀਆਂ ਹੱਡੀਆਂ ਚੱਕਣਾ ਚੂਰ ਹੋਵਣ, ਤੇ ਹੋਵਣ ਹੱਡਾਂ ਚੋਂ ਜਦੋਂ ਪ੍ਰਾਣ ਵੱਖਰੇ ਵੱਖਰੇ, ਮੈਥੋਂ ਨਾ ਮੇਰੇ ਹਜ਼ੂਰ ਹੋਵਣ, ਵੱਖਰੇ ਮੈਥੋਂ ਨਾ ਮੇਰੇ ਹਜ਼ੂਰ ਹੋਵਣ। ਅਨੰਦਪੁਰ ਦੀ ਧਰਤੀ ਏ, ਕਿਲ੍ਹੇ ਨੂੰ ਘੇਰਾ ਪਿਆ ਹੋਇਆ ਹੈ, ਅੰਦਰੋਂ ਰਾਸ਼ਨ ਮੁੱਕ ਗਿਆ ਹੈ। 2 ਮਹੀਨੇ ਤੋਂ 22 ਧਾਰ ਦੇ ਰਾਜਿਆਂ ਨੇ ਮੁਗਲਾਂ ਨੇ ਰਲ ਕੇ ਘੇਰਾ ਪਾਇਆ। ਉਸ ਵੇਲੇ ਦੀ ਕਵਿਤਾ ਮੈਂ ਛੋਟੀ ਜਿਹੀ ਜਰਾ ਕਰ ਲਈ ਹੈ, ਕਿਉਂਕਿ ਮਿੰਟ 5 ਸੀ, ਇਸ ਕਰਕੇ ਮੈਂ ਉਸੇ ਦੇ ਵਿੱਚ ਹੀ ਆਪ ਜੀ ਨੂੰ ਸਰਵਨ ਕਰਾਵਾਂ। ਆਓ ਅਨੰਦਪੁਰ ਦੀ ਧਰਤੀ 'ਤੇ ਪਹੁੰਚ, ਅਨੰਦਗੜ੍ਹ ਦੇ ਕਿਲ੍ਹੇ ਦੇ ਲਾਗੇ ਲਿਖਿਆ। ਕੁਝ ਸਿੰਘਾਂ ਆਇਆ ਦਸ਼ਮੇਸ਼ ਨੂੰ, ਕੁਝ ਸਿੰਘਾਂ ਆ ਦਸ਼ਮੇਸ਼ ਨੂੰ ਇਹ ਅਰਜ ਗੁਜ਼ਾਰੀ, ਕੁਝ ਸਿੰਘਾਂ ਆ ਦਸ਼ਮੇਸ਼ ਨੂੰ ਇਹ ਅਰਜ ਗੁਜ਼ਾਰੀ, ਹੁਣ ਰਾਛਣ ਮੁੱਕਾ ਕਿਲ੍ਹੇ ਚੋਂ, ਹੁਣ ਰਾਛਣ ਮੁੱਕਾ ਕਿਲ੍ਹੇ ਚੋਂ, ਤੇ ਭੁੱਖ ਜਾਂਦੀ ਮਾਰੀ, ਚੱਟ ਦਾਣੇ ਪਾਣੀ ਵਾਸਤੇ ਕੋਈ ਕਰੋ ਤਿਆਰੀ, ਨਹੀਂ ਤਾਂ ਭੁੱਖਿਆ ਮੂਲ ਨੇ ਲੜਨਾ ਸਾਂਭੋ ਸਰਦਾਰੀ, ਨਹੀਂ ਤੇ ਭੁੱਖਿਆ ਮੂਲ ਨੇ ਲੜਨਾ ਸਾਂਭੋ ਸਰਦਾਰੀ। ਲਿਖਿਆ ਕਿ ਚੱਟ ਦਾਣੇ ਪਾਣੀ ਵਾਸਤੇ ਕੋਈ ਕਰੋ ਤਿਆਰੀ, ਨਹੀਂ ਤਾਂ ਭੁੱਖਿਆ ਮੂਲ ਨੇ ਲੜਨਾ ਸਾਂਭੋ ਸਰਦਾਰੀ। ਇੱਕ ਪਾਸੇ ਪਈਆਂ ਲੱਕੜਾਂ, ਇੱਕ ਪਾਸੇ ਕੋਲੇ, ਅਸੀਂ ਇਕੱਲੇ ਇਕੱਲੇ ਕਿਲ੍ਹੇ ਦੇ ਕੋਣੇ ਨੇ ਫਰੋਲੇ, ਅੰਨ ਆਟੇ ਦੇ ਥਾਂ ਪਏ ਆ ਘੋੜਿਆਂ ਦੇ ਛੋਲੇ, ਅੰਨ ਆਟੇ ਦੇ ਥਾਂ ਪਏ ਆ ਘੋੜਿਆਂ ਦੇ ਛੋਲੇ। ਓਏ ਅੱਗੋਂ ਆਖਿਆ ਗੁਰਦਸ਼ਮੇਸ਼ ਨੇ, ਓਏ ਤਾਂ ਸਭ ਤੋਂ ਚੰਗੇ, ਓਏ ਘੋੜਾ ਦੇਖੋ ਖਾ ਕੇ ਕਿੱਦਾਂ ਲਾਏ ਦੜੰਗੇ, ਘੋੜਾ ਦੇਖੋ ਖਾ ਕੇ ਕਿੱਦਾਂ ਲਾਏ ਦੜੰਗੇ, ਜਿਹੜਾ ਖਾ ਕੇ ਛੋਲੇ ਇੱਕ ਵਾਰ ਬੈਰੀ ਨੂੰ ਡੰਗੇ, ਓਏ ਗੱਛ ਖਾ ਕੇ ਡਿੱਗੇ ਜ਼ਮੀਨ ਤੇ ਨਾ ਪਾਣੀ ਮੰਗੇ, ਗੱਛ ਖਾ ਕੇ ਡਿੱਗੇ ਜ਼ਮੀਨ ਤੇ ਨਾ ਪਾਣੀ ਮੰਗੇ, ਰੋਟੀ ਨਾਲ ਨੀ ਟਲਣੀ ਮੌਤ, ਰੋਟੀ ਨਾਲ ਨੀ ਟਲਣੀ ਮੌਤ, ਮੂੰਹ ਪਈ ਨਾ ਲੰਘੇ ਜਦ ਮਾਰਿਆ ਹੱਲਾ ਮੌਤ ਨੇ ਕਰ ਛੱਡਣੇ ਕੰਘੇ, ਜਦ ਮਾਰਿਆ ਹੱਲਾ ਮੌਤ ਨੇ ਕਰ ਛੱਡਣੇ ਕੰਘੇ। ਓਏ ਉੱਥੇ ਕੀ ਆ ਜੂਣਾ ਸ਼ੇਰ ਦਾ ਜਿੱਥੇ ਗਿੱਦੜ ਖੰਘੇ, ਜਾਓ ਜੀਵਨ ਸਫਲਾ ਕਰ ਲਓ, ਓਏ ਛੱਡੋ ਸਭ ਪੰਘੇ, ਵੇਲਾ ਹੱਥ ਨਹੀਂ ਆਉਣਾ ਫਿਰ ਮੂੰਹੋਂ ਮੰਗੇ, ਵੇਲਾ ਹੱਥ ਨਹੀਂ ਆਉਣਾ ਫਿਰ ਮੂੰਹੋਂ ਮੰਗੇ। ਤੋ ਲਿਖਿਆ ਹੈ ਕਰ ਸਾਬਤ ਦੱਸੋ, ਕਰ ਸਾਬਤ ਦੱਸੋ ਜਾਨ ਤੋਂ ਸਾਨੂੰ ਮੌਤ ਪਿਆਰੀ, ਜਾਓ ਸਿੰਘੋ ਹੱਥ ਦਿਖਾ ਦਿਓ, ਉਹ ਜਾਂਦੀ ਵਾਰੀ ਉਹ ਵੈਰੀ ਚੜ ਕੇ ਆ ਗਿਆ, ਮਾਰੋ ਜਾ ਕਟਾਰੀ, ਐਵੇਂ ਦਾਗ ਨਾ ਪੰਥ ਨੂੰ ਲਾ ਦਿਓ, ਐਵੇਂ ਦਾਗ ਨਾ ਪੰਥ ਨੂੰ ਲਾ ਦਿਓ, ਝੱਟ ਕਰੋ ਤਿਆਰੀ, ਉਹ ਵੈਰੀ ਚੜ ਕੇ ਆ ਗਿਆ ਤੇ ਮਾਰੋ ਜਾ ਕਟਾਰੀ। ਅਸੀਂ ਭੁੱਖਿਆ ਮੂਲ ਨਹੀਂ ਲੜਨਾ, ਅਸੀਂ ਭੁੱਖਿਆ ਮੂਲ ਨਹੀਂ ਲੜਨਾ, ਸਿੰਘਾਂ ਫਰਮਾਇਆ
ਸੁੱਟ ਸਾਰੇ ਚੱਲ ਹਥਿਆਰ ਪਏ, ਘਰ ਮੋੜਾ ਪਾਇਆ। ਅੱਗੋਂ ਆਖਿਆ ਗੁਰਦਸ਼ਮੇਸ਼ ਨੇ, ਓਏ ਗੱਲ ਕਰ ਜਾ ਪੱਕੀ। ਅੱਗੋਂ ਆਖਿਆ ਗੁਰਦਸ਼ਮੇਸ਼ ਨੇ, ਗੱਲ ਕਰ ਜਾ ਪੱਕੀ, ਸਾਨੂੰ ਲਿਖਤ ਬਦਾਵਾ ਦੇ ਦਿਓ, ਗੱਲ ਰਹੇ ਨਾ ਛੱਕੀ। ਲਿਖਿਆ ਨਾ ਗੁਰੂ ਤੂੰ ਸਾਡਾ ਅੱਜ ਤੋਂ, ਨਾ ਗੁਰੂ ਤੂੰ ਸਾਡਾ ਅੱਜ ਤੋਂ, ਨਾ ਸਿੰਘ ਕੋਈ ਤੇਰਾ। ਏਦਾਂ ਲਿਖ ਕੇ ਛੱਡਿਆ ਸਿੰਘਾਂ ਨੇ ਸਤਿਗੁਰ ਦਾ ਡੇਰਾ, ਏਦਾਂ ਲਿਖ ਕੇ ਛੱਡਿਆ ਸਿੰਘਾਂ ਨੇ ਸਤਿਗੁਰ ਦਾ ਡੇਰਾ। ਲਿਖਿਆ ਕਿ ਛੱਡ ਪੱਲਾ ਗੁਰਦਸ਼ਮੇਸ਼ ਦਾ, ਛੱਡ ਪੱਲਾ ਗੁਰਦਸ਼ਮੇਸ਼ ਦਾ, ਉਹ ਤੁਰੇ ਸੱਜੇ ਤੇ ਖੱਬੇ, ਉਹ ਘਰ ਕਿਹੜਾ ਤੁਹਾਡੇ ਵਾਸਤੇ ਰਾਸ਼ਨ ਬੰਦ ਡੱਬੇ, ਘਰ ਕਿਹੜਾ ਤੁਹਾਡੇ ਵਾਸਤੇ ਰਾਸ਼ਨ ਬੰਦ ਡੱਬੇ। ਘਰ ਪਹੁੰਚੇ ਸਹੀ ਦਸ਼ਮੇਸ਼ ਦੇ, ਸਭ ਬਾਤ ਸੁਣਾਈ। ਘਰ ਪਹੁੰਚੇ ਸਿੰਘ ਦਸ਼ਮੇਸ਼ ਦੇ, ਸਭ ਬਾਤ ਸੁਣਾਈ। ਤੁਹਾਡਾ ਕੀ ਹੈ ਜੀਣਾ ਔਰਤਾਂ ਲੱਖ ਲਾਂਤ ਪਾਈ। ਲਿਖਿਆ ਕਿ ਉਹ ਪਿਆ ਪਤੀਲਾ ਟੋਕਰੀ ਵਿੱਚ ਆਲੂ ਗੰਢੇ, ਜਾ ਭੁੱਖ ਦੇ ਥਿੜਕਿਓ ਖਾ ਲਿਓ, ਉਹ ਕਰਿਓ ਸਭ ਧੰਦੇ। ਅਸੀਂ ਚੱਲੀਆਂ ਅੰਦਰ ਜਾਣੀ ਦੇ ਡਾਹ ਦੇਣੇ ਕੰਦੇ, ਜਿਹੜਾ ਸੋਚੋ ਤੁਹਾਨੂੰ ਜੱਗ ਤੇ ਉਹ ਕੌਣ ਆਖੂ ਬੰਦੇ, ਜਿਹੜਾ ਸੋਚੋ ਤੁਹਾਨੂੰ ਜੱਗ ਤੇ ਕੌਣ ਆਖੂ ਬੰਦੇ। ਅਸੀਂ ਚੱਲੀਆਂ ਅੰਦਰ ਜੰਗ ਦੇ ਡਾਹ ਦੇਣੇ ਕੰਦੇ, ਪਾ ਲਓ ਬੰਗਾਂ ਤੇ ਬਹਿ ਲਓ ਘਰਾਂ ਵਿੱਚ ਤੇ ਲਾ ਦਿਓ ਕੜੇ ਤੇ ਕਹਿਗੇ। ਆਖਰੀ ਬੰਦ ਨੇ ਮਾਈ ਭਾਗੋ ਲੈ ਕੇ ਤੁਰ ਪਈ ਕਿ ਜੈ ਮਾਫੀ ਮੰਗੀ, ਮਾਈ ਭਾਗੋ ਲੈ ਕੇ ਤੁਰ ਪਈ ਕਿ ਜੈ ਮਾਫੀ ਮੰਗੀ। ਚੁੱਕ ਸਾਰੇ ਤੁਰ ਹਥਿਆਰ ਪਏ ਆਪਣੇ ਲੈ ਜੰਗੀ, ਚੁੱਕ ਸਾਰੇ ਤੁਰ ਹਥਿਆਰ ਪਏ ਆਪਣੇ ਲੈ ਕੇ ਜੰਗੀ। ਉਹਨੀ ਜਿਉਂਦੇ ਬੈਰੀ ਵੱਡ ਵੱਡ ਕਬਰਾਂ ਵਿੱਚ ਦੱਬੇ, ਉਹਨੀ ਤੋਤੇ ਕਈ ਇਤਿਹਾਸ ਦੇ ਲੱਗੇ ਹੋਏ ਦੱਬੇ, ਉਹਨੀ ਵੱਢ ਵੱਢ ਕੇ ਕਈ ਬੈਰੀ ਕਬਰਾਂ ਵਿੱਚ ਦੱਬੇ, ਉਹਨੀ ਤੋਤੇ ਕਈ ਇਤਿਹਾਸ ਦੇ ਲੱਗੇ ਹੋਏ ਧੱਬੇ। ਉਹ ਭੁੱਖ ਕੀ ਉਹ ਚੜ੍ਹਦੇ ਚਰਖੜੀ ਦੇ ਕਦੀ ਨਾ ਡੋਲੇ, ਭੁੱਖ ਕੀ ਉਹ ਚੜ੍ਹਦੇ ਚਰਖੜੀ ਤੇ ਕਦੀ ਨੀ ਡੋਲੇ। ਤੇ ਉਹਨਾਂ ਰਲ ਮਿਲ ਗਾਏ ਜੰਗ ਵਿੱਚ ਸੀ ਇਹਦੇ ਸੋਲੇ, ਹੁਣ ਸਵਾ ਸਵਾ ਲੱਖ ਨੂੰ ਸਿੰਘ ਇੱਕੋ ਮਾਰੂ, ਤੇ ਜਰਾ ਕਰੋ ਸਾਹਿਬ ਮੁਨੀਮ ਜੀ ਕੀ ਔਸਤ ਝਾੜੂ। ਤੇ ਮਹਾਂ ਸਿੰਘ ਸੀ ਇੱਕ ਪਿਆਸਾ ਹੈਗਾ, ਆਖਰੀ ਲਾਈਨਾਂ ਨੇ। ਮਹਾਂ ਸਿੰਘ ਇੱਕ ਸਿੰਘ ਸੀ ਸਹਿਕਦਾ, ਗੁਰਾ ਤਾਈ ਪੁਕਾਰੇ ਤੇ ਸਾਡਾ ਪਹਾੜ ਵਧਾਵਿਆ ਦਾਤਿਆ, ਅਸੀਂ ਜਾਈਏ ਤਾਰੇ। ਸਾਡਾ ਪਹਾੜ ਵਧਾਵਾ ਦਾਤਿਆ, ਅਸੀਂ ਜਾਈਏ ਤਾਰੇ। ਗੁਰਾ ਚੁੱਕ ਕੇ ਆਪਣੇ ਸਿੰਘ ਨੂੰ ਛਾਤੀ ਨਾਲ ਲਾਇਆ, ਕਰ ਮੁਕਤੀ ਚਾਲੀ ਸਿੰਘਾਂ ਦੀ ਮੁਕਤ ਸਰ ਬਿਛਾਇਆ। ਚੁੱਕ ਕੇ ਗੁਰਾਂ ਨੇ ਸਿੰਘ ਨੂੰ ਛਾਤੀ ਨਾਲ ਲਾਇਆ, ਕਰ ਮੁਕਤੀ ਚਾਲੀ ਸਿੰਘਾਂ ਦੀ ਮੁਕਤ ਸਰ ਬਿਛਾਇਆ। ਪਾਪੀ ਦੀਨ ਦੁਨੀ ਦਾ ਪਾਤਸ਼ਾਹ, ਪਾਪੀ ਦੀਨ ਦੁਨੀ ਦਾ ਪਾਤਸ਼ਾਹ ਜਗ ਤਾਰਨ ਆਇਆ, ਦੀਨ ਦੁਨੀ ਦਾ ਪਾਤਸ਼ਾਹ ਜਗ ਤਾਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।